Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਖਰੜ ਵਿੱਚ ਅਧਿਆਪਕਾ ਦਾ ਧੀ ਸਾਹਮਣੇ ਗੋਲੀਆਂ ਮਾਰ ਕੇ ਕਤਲ ਦੋ ਦਿਨਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2019 ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਲੱਗੀ ਸਨ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਤੇਲ ਪਾ ਕੇ ਸਾੜਿਆ ਤੇ ਸਕੂਲ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ ਕਈ ਵਿਦਿਆਰਥੀ ਜ਼ਖਮੀ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ ਖਰੜ ਵਿਚ ਅੱਜ ਸਵੇਰੇ ਇਕ ਅਧਿਆਪਕ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਏ ਅਧਿਆਪਕਾ ਸਰਬਜੀਤ ਕੌਰ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਜਦੋਂ ਇਹ ਘਟਨਾ ਵਾਪਰੀ ਤਾਂ ਸਰਬਜੀਤ ਕੌਰ ਦੀ ਧੀ ਵੀ ਉਸ ਦੇ ਨਾਲ ਸੀ ਸਰਬਜੀਤ ਕੌਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਉਹ ਆਪਣੀ ਧੀ ਨਾਲ ਖਰੜ ਸਥਿਤ SBP ਹੋਮਸ ਵਿਖੇ ਰਹਿ ਰਹੀ ਸੀ ਇਹ ਵਾਰਦਾਤ ਅੱਜ ਸਵੇਰੇ ਸੰਨੀ ਇਨਕਲੇਵ ਵਿਚ ਨੌਲੇਜ ਬੱਸ ਸਕੂਲ ਵਿਖੇ ਵਾਪਰੀ ਜਦੋਂ ਸਰਬਜੀਤ ਕੌਰ ਆਪਣੀ ਸਕੂਟਰੀ ਪਾਰਕਿੰਗ ਵਿਚ ਖੜੀ ਕਰ ਰਹੀ ਸੀ ਅਧਿਆਪਕਾ ਸਰਬਜੀਤ ਕੌਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਮੁਤਾਬਕ ਸਰਬਜੀਤ ਕੌਰ ਤਲਾਕਸ਼ੁਦਾ ਸੀ ਸਕੂਲ ਪ੍ਰਬੰਧਕਾਂ ਨੇ ਇਸ ਮਾਮਲੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਏ ਕੈਪਟਨ ਸਰਕਾਰ ਵੱਲੋਂ ਅੱਜ ਦੋ ਰੋਜ਼ਾ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ 2019 ਸ਼ੁਰੂ ਕਰਵਾਇਆ ਗਿਆ ਇਸ ਦਾ ਮਕਸਦ ਇਕ ਪਾਸੇ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਕੇ ਵਿਕਾਸ ਨੂੰ ਹੁਲਾਰਾ ਦੇਣਾ ਤੇ ਦੂਜਾ ਰੁਜ਼ਗਾਰ ਪੈਦਾ ਕਰਨਾ ਏ ਸਰਕਾਰ ਦਾ 3 ਸਾਲ ਬਾਅਦ ਵੀ ਖਜ਼ਾਨਾ ਖਾਲੀ ਹੈ ਇਸ ਲਈ ਵਿਕਾਸ ਕਾਰਜਾਂ ਨੂੰ ਬ੍ਰੇਕ ਲੱਗੀ ਹੋਈ ਹੈ ਸਰਕਾਰ ਹੁਣ ਪ੍ਰਾਈਵੇਟ ਸੈਕਟਰ ਨਾਲ ਮਿਲ ਕੇ ਨਿਵੇਸ਼ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦਾ ਦਾਅਵਾ ਏ ਕਿ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਜ਼ਰੀਏ ਸੂਬੇ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਸੈਕਟਰ ਨੂੰ ਆਲਮੀ ਪੱਧਰ ਤੇ ਧੁਰੇ ਵਜੋਂ ਉਭਾਰਿਆ ਜਾਵੇਗਾ ਸਰਕਾਰੀ ਸੂਤਰਾਂ ਮੁਤਾਬਕ ਇਸ ਮੌਕੇ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ PRS ਓਬਰਾਏ ITC ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਉਦੇ ਕੋਟਕ ITC ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ ਹੀਰੋ ਇੰਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਨੇ ਸ਼ਿਰਕਤ ਕੀਤੀ ਦੋ ਦਿਨਾਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਅੱਜ ਮੋਹਾਲੀ ਵਿਚ ਸ਼ੁਰੂ ਹੋ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ ਪਰ ਇੱਥੇ ਉਨ੍ਹਾਂ ਦੀ ਸੁਰੱਖਿਆ ਵਿਚ ਉਸ ਵੇਲੇ ਸੰਨ ਲੱਗੀ ਦੀ ਦਿਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰ ਰਹੇ ਸਨ ਤੇ ਇਕ ਨੌਜਵਾਨ ਨੇ ਉਥੇ ਪੁੱਜ ਕੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਦਰਅਸਲ ਉਸ ਨੌਜਵਾਨ ਦੇ ਆਪਣੇ ਕੁਝ ਨਿੱਜੀ ਮਸਲੇ ਸਨ ਜੋ ਉਹ ਉਨ੍ਹਾਂ ਦਾ ਹੱਲ ਚਾਹੁੰਦਾ ਸੀ ਮੁੱਖ ਮੰਤਰੀ ਨੂੰ ਆਪਣੇ ਕੁਝ ਦਸਤਾਵੇਜ਼ ਸੌਂਪ ਕੇ ਉਹ ਨੌਜਵਾਨ ਉਥੋਂ ਚਲਾ ਗਿਆ ਪਰ ਇਸ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਖੜੇ ਹੋਏ ਨੇ ਹਰੀਕੇ ਪੱਤਣ ਵਿਚ ਬੀਤੀ ਰਾਤ ਖਾਲੜਾ ਸੜਕ ਤੇ ਬੂਹ ਹਵੇਲੀਆਂ ਵੰਗਾ ਨਜ਼ਦੀਕ ਕਾਰ ਸਵਾਰ ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਲ ਪਾ ਕੇ ਸਾੜ ਦਿੱਤਾ ਜਿਸ ਦੀ ਬੁਰੀ ਤਰ੍ਹਾਂ ਸੜੀ ਲਾਸ਼ ਉਸ ਦੀ ਕਾਰ ਕੋਲ ਸੜਕ ਕਿਨਾਰੇ ਪਈ ਮਿਲੀ ਅੱਜ ਸਵੇਰੇ ਜਦੋਂ ਲੋਕਾਂ ਨੇ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਕਤਲ ਕੀਤੇ ਵਿਅਕਤੀ ਦੀ ਪਛਾਣ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਕੀਮਾ ਵਾਲਾ ਅੰਮ੍ਰਿਤਸਰ ਵਜੋਂ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਰੀਕੇ ਪੱਟੀ ਰੋਡ ਹੈ ਜਿੱਥੇ ਇੱਕ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਇੱਕ ਡੈੱਡ ਬੋਡੀ ਪਈ ਮੌਕੇ 'ਤੇ SHO DSP ਸਾਹਿਬਾਨ ਸਾਡੇ ਜਿਹੜੇ ਹੈਗੇ ਨੇ ਪੱਟੀ ਦੇ ਇਮੀਡੀਏਟਲੀ ਉੱਥੇ ਪਹੁੰਚ ਗਏ ਨੇ ਮੈਂ ਆਪ ਮੌਕੇ 'ਤੇ ਆਇਆ ਦੇਖ ਇਸ 21 ਸਾਲ ਦਾ ਨੌਜਵਾਨ ਹੈਗਾ ਅਨੂਪ ਸਿੰਘ ਅੰਮ੍ਰਿਤਸਰ ਗੇਟ ਕੀਮਾ ਏਰੀਏ ਦੇ ਰਹਿਣ ਵਾਲੇ ਨੇ ਕੋਲਡ ਡਰਿੰਕ ਦਾ ਇਹਨਾਂ ਦਾ ਬਿਜ਼ਨਸ ਹੈਗਾ ਇਹ ਕਿਸੇ ਨੇ ਜੋ ਅਜੇ ਤੱਕ ਫਿਲਹਾਲ ਜੋ ਦੇਖ ਕੇ ਸਾਨੂੰ ਪਤਾ ਲੱਗ ਰਿਹਾ ਡੈੱਡ ਬੋਡੀ ਨੂੰ ਅੱਗ ਲਗਾਉਣ ਦੀ ਅੱਗ ਲਗਾਈ ਗਈ ਹੈ ਕੁਛ ਅੱਧ ਸੜੀ ਹਾਲਤ ਦੇ ਵਿੱਚ ਮਿਲੀ ਹੈ ਅਤੇ ਬਾਕੀ ਪੋਸਟਮਾਰਟਮ ਆਏਗਾ ਜੋ ਵੀ ਪੋਸਟਮਾਰਟਮ ਦੇ ਵਿੱਚ ਸਾਹਮਣੇ ਆਉਣਗੇ ਉਸ ਮੁਤਾਬਕ ਅੱਗੇ ਕਾਰਵਾਈ ਹੋਏਗੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਦੇਖੋ ਸਾਡੀ ਹੁਣ ਕੇਸ ਰਜਿਸਟਰ ਕਰਨ ਲੱਗੇ ਹਾਂ ਉਸ ਤੋਂ ਬਾਅਦ ਜੋ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਸਾਹਮਣੇ ਤੱਥ ਆਉਣਗੇ ਉਸ ਮੁਤਾਬਕ ਸਾਨੂੰ ਸਾਰਾ ਤੁਹਾਨੂੰ ਦੱਸ ਦਿੱਤਾ ਜਾਏਗਾ ਜਲਦੀ ਇਹਦਾ ਟਰੇਸ ਕਰ ਲਿਆ ਜਾਏਗਾ
ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ ਹੀ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸੜਕਾਂ ਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਦਸਿਆਂ ਦਾ ਵਧਣਾ ਵੀ ਸ਼ੁਰੂ ਹੋ ਗਿਆ ਹੈ। ਇਸੇ ਕੜੀ ਵਿੱਚ ਮੋਗਾ ਦੇ ਇੱਕ ਨਿੱਜੀ ਸਕੂਲ ਦੀ ਵੈਨ ਦੀ ਇੱਕ ਟਰੱਕ ਦੇ ਨਾਲ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਕਈ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੇ ਹੱਥਾਂ ਤੇ ਪੈਰਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਕੂਲੀ ਵੈਨ ਵਿੱਚ 40 ਵਿਦਿਆਰਥੀ ਸਵਾਰ ਸਨ। ਜਨੇਰ ਅਤੇ ਲੋਹਾਰਾ ਦੇ ਵਿਚਕਾਰ ਓਵਰਟਰਨ ਹੋਈ ਹੈ। ਲਗਭਗ 30 ਬੱਚਿਆਂ ਦੀ ਸਾਨੂੰ ਪਤਾ ਲੱਗਿਆ ਸੀਗਾ ਉਸ ਦੇ ਬੱਸ ਦੇ ਵਿੱਚ ਸੀ, ਅਤੇ ਉਹਨਾਂ ਨੂੰ ਟਾਈਮਲੀ ਹੈਲਪ ਮਿਲ ਗਈ ਹੈ। ਸਿਵਲ ਹਸਪਤਾਲ 'ਚ ਆ ਗਏ ਕੁਛ, ਕੋਟੀ ਸਿੱਖਾਂ ਸਿਵਲ ਹਸਪਤਾਲ 'ਚ ਕੁਛ, ਇੱਕ ਪ੍ਰਾਈਵੇਟ ਹੋਸਪਿਟਲ 'ਚ। ਬਹੁਤੀਆਂ ਸੱਟਾਂ ਨਹੀਂ ਗਈਆਂ, 4 ਬੱਚੇ ਇੱਥੇ ਹੈ ਪ੍ਰੈਜੈਂਟ ਸਿਵਲ ਹਸਪਤਾਲ ਦੇ ਵਿੱਚ। ਖਤਰੇ ਵਾਲੀ ਕੋਈ ਗੱਲ ਨਹੀਂ ਹੈ, ਟਾਈਮਲੀ ਮੈਡੀਕਲ ਏਡ ਉਹਨਾਂ ਨੂੰ ਮਿਲ ਚੁੱਕੀ ਹੈ। ਸਰ ਕੈਸੇ ਹੋਇਆ ਸਰ? ਇਹ ਤਾਂ ਹੁਣ ਉੱਥੇ ਪਤਾ ਲੱਗੇਗਾ ਜੋ ਜਾਂਚ ਕਰਨਗੇ ਉਹ। ਲੱਗਦਾ ਹੈ ਕਿ ਸਵੇਰ ਵੇਲੇ ਮੇਬੀ ਫੌਗੀ ਕੰਡੀਸ਼ਨ ਦੇ ਵਿੱਚ ਕਿਤੇ ਹੋਏ, ਤਾਂ ਇਹ ਹੈ। ਸਰ ਆਮ ਤੌਰ 'ਤੇ ਦੇਖਿਆ ਜਾ ਰਿਹਾ ਕਿ ਸਕੂਲ ਬੱਸਾਂ ਜੋ ਵੈਨ ਹੈ ਓਵਰਲੋਡਡ ਹੋਤੀ ਹੈ, ਤਾਂ ਉਸ ਕੇ ਲਈ ਪ੍ਰਸ਼ਾਸਨ ਕਿਆ ਕਰ ਰਿਹਾ ਸੀ? ਅਜੇ ਕੋਈ ਪਤਾ ਨਹੀਂ ਹੈ ਕਿ ਓਵਰਲੋਡਡ ਸੀ ਜਾਂ ਨਹੀਂ ਹੈ, ਠੀਕ ਹੈ, ਪਰ ਟਾਈਮ ਟਾਈਮ 'ਤੇ ਜਿਹੜੇ ਹੈ ਡਿਫਰੈਂਟ ਸਾਡੀਆਂ ਏਜੰਸੀਆਂ ਚੈੱਕ ਕਰਦੀਆਂ ਨੇ। ਸਰ ਟੋਟਲ ਕਿੰਨੇ ਬੱਚੇ ਜ਼ਖਮੀ ਹੋਏ ਆ? ਮੈਨੂੰ ਐਗਜੈਕਟ ਨਹੀਂ ਹੈ, ਕਿਉਂਕਿ ਅਸੀਂ ਸਿਵਲ ਹਸਪਤਾਲ ਦੇ ਵਿੱਚੋਂ ਲਈ ਹੈ ਜਿਹੜੀ, ਇੱਥੇ 4 ਬੱਚੇ ਐਟ ਪ੍ਰੈਜੈਂਟ ਇੱਥੇ ਦੱਸ ਰਹੇ, 3 ਬੱਚੇ ਸੀਗੇ ਜਿਹੜੇ ਅੰਮ੍ਰਿਤ ਹਸਪਤਾਲ ਦੇ ਵਿੱਚ ਸੀ। ਜਿਹੜੀਆਂ ਮਾਈਨਰ ਇੰਜਰੀ ਸੀ, ਕੋਈ ਬੱਚਿਆਂ ਦੀ ਮਾੜੀ ਮੋਟੀ ਝਰੀਟ ਝੂਟ ਸੀ, ਉਹ ਪੇਰੈਂਟਸ ਉਸੇ ਵੇਲੇ ਉਹ ਲੈ ਗਏ ਸੀ। ਕੋਟ ਇਸੇ ਖਾਂ ਵੀ 7 ਬੱਚੇ ਗਏ ਸੀਗੇ, ਉਹ ਮਾਈਨਰ ਇੰਜਰੀਜ ਵਾਲੇ ਸੀ, ਜਿਨ੍ਹਾਂ ਦੀ ਕੋਈ ਬਹੁਤੀ ਝੀਟ ਝੂਟ ਸੀ, ਪੱਟੀ ਪੁੱਟੀ ਕਰਨ ਦੀ ਲੋੜ ਸੀ, ਉਹ ਕੋਟ ਇਸੇ। ਸਰ ਦੱਸਿਆ ਜਾ ਰਿਹਾ 13 ਸੀਟਰ ਟੈਂਪੋ ਟਰੈਵਲ ਹੈ, 35 ਬੱਚੇ ਜਾ ਰਹੇ, ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ 1984 ਸਿੱਖ ਕਤਲੇਆਮ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮਾ ਰਾਓ 1984 ਵਿੱਚ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਕਤਲੇਆਮ ਹੋਣਾ ਹੀ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਨੇ ਇਹ ਦਾਅਵਾ ਗੁਜਰਾਲ ਦੀ 100ਵੇਂ ਜਨਮ ਦਿਹਾੜੇ ਮੌਕੇ ਦਿੱਲੀ ਵਿੱਚ ਕਰਵਾਏ ਸਮਾਗਮ ਦੌਰਾਨ ਕੀਤਾ। ਯਾਦ ਰਹੇ ਕਿ 1980 ਦੇ ਦਹਾਕੇ ਵਿੱਚ ਗੁਜਰਾਲ ਕਾਂਗਰਸ ਛੱਡ ਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਸਨ। 1984 ਦੌਰਾਨ ਉਨ੍ਹਾਂ ਨੇ ਇੱਕ ਮਿੱਤਰ ਦੇ ਤੌਰ ਤੇ ਹੀ ਨਰਸਿਮਾ ਰਾਓ ਨੂੰ ਸਲਾਹ ਦਿੱਤੀ ਸੀ। ਗੁਜਰਾਲ ਅਪ੍ਰੈਲ 1997 ਤੋਂ ਮਾਰਚ 1998 ਤੱਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵੀ ਰਹੇ ਸਨ। When the sad event of 1984 took place, Gujralji, on that very sad evening, he went to the then Home Minister, Shri P.V. Narasimha Rao, and said to him that the situation is so grave that it is necessary for the government to call the army at the earliest. If that advice had been heeded, perhaps the massacre that took place in 1984 could have been avoided. ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਰਤ ਵਿਚ ਲੋਕਤੰਤਰੀ ਤੌਰ ਤੇ ਸਭ ਤੋਂ ਵੱਡਾ ਅਹੁਦਾ ਪ੍ਰਧਾਨ ਮੰਤਰੀ ਦਾ ਮੰਨਿਆ ਜਾਂਦਾ ਏ। ਅੱਜ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਹ ਮੰਨਣਾ ਕਿ ਰਾਜੀਵ ਗਾਂਧੀ ਦੀ ਸਰਕਾਰ ਨੇ ਹੀ 1984 ਦੇ ਦੰਗੇ ਕਰਵਾਏ ਸਨ ਬਹੁਤ ਵੱਡੀ ਗੱਲ ਹੈ। ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਗੁਜਰਾਲ ਸਾਹਿਬ ਦੀ ਗੱਲ ਮੰਨਦੇ ਤਾਂ 84 ਦੇ ਦੰਗਿਆਂ ਨੂੰ ਰੋਕਿਆ ਜਾ ਸਕਦਾ ਸੀ। ਬਿਕਰਮ ਮਜੀਠੀਆ ਨੇ ਇਸ ਤੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਮੰਨਿਆ ਇਹੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਅਜਿਹੀ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਾਂਗਰਸੀ ਨੇਤਾ ਨੂੰ ਪੁੱਛਣਾ ਚਾਹੁੰਦੇ ਨੇ ਕਿ ਹੁਣ ਇਸ ਤੇ ਉਨ੍ਹਾਂ ਦਾ ਕੀ ਜਵਾਬ ਹੋਵੇਗਾ। ਉਨ੍ਹਾਂ ਦਾ ਅਸਲ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ। ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਹ ਐਡਮਿਟ ਕਰਨਾ ਔਰ ਇੱਕ ਤਰੀਕੇ ਦੀ ਸਾਫ ਇੰਡਾਈਟਮੈਂਟ ਕਰਨੀ ਉਸ ਵੇਲੇ ਦੀ ਰਾਜੀਵ ਗਾਂਧੀ ਦੀ ਸਰਕਾਰ ਦੀ, ਮੈਂ ਸਮਝਦਾ ਕਿ ਇਹ ਤੋਂ ਵੱਡੇ ਪਰੂਫ ਦੀ ਅੱਜ ਕੋਈ ਲੋੜ ਨਹੀਂ ਰਹਿ ਜਾਂਦੀ। ਕਿੱਥੇ ਨਾ ਕਿੱਥੇ ਡਾਕਟਰ ਮਨਮੋਹਨ ਸਿੰਘ ਜੀ ਦੇ ਮਨ ਤੇ ਜੋ ਏਡਾ ਵੱਡਾ ਦਿਲ ਤੇ ਉਹ ਪਹਾੜ ਚੁੱਕੀ ਫਿਰਦੇ ਸਨ, ਉਹਨਾਂ ਨੇ ਕੱਲ ਆਈ ਕੇ ਗੁਜਰਾਲ ਸਾਹਿਬ ਦੇ 100 ਸਾਲਾ ਜਿਹੜਾ ਉਹਨਾਂ ਦਾ ਜਨਮ ਦਿਨ ਮਨਾ ਰਹੇ ਸੀ ਉਹਦੀ ਯਾਦ ਵਿੱਚ ਇਸ ਗੱਲ ਨੂੰ ਕਬੂਲਿਆ ਕਿ ਦੇਸ਼ ਕੀ ਦੁਨੀਆ ਦੇ ਇਤਿਹਾਸ 'ਚ ਜਿਹੜਾ ਸਭ ਤੋਂ ਵੱਡਾ ਪ੍ਰੀ ਪਲੈਨਡ ਜੈਨੋਸਾਈਡ ਹੋਇਆ ਸੀ, ਜਿਹਦੇ 3000 ਤੋਂ ਵੀ ਵੱਧ
ਗੁਰੂ ਦੇ ਸਿੱਖਾਂ ਨੂੰ, ਦੇਸ਼ ਦੇ ਨਿਹੱਤੇ ਨਾਗਰਿਕਾਂ ਨੂੰ ਕਿਵੇਂ ਇੱਕ ਪਲੈਨਡ ਪ੍ਰੀ ਪਲੈਨਡ ਤਰੀਕੇ ਨਾਲ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਰਾਜੀਵ ਗਾਂਧੀ ਦੀ ਵੱਡੀ ਇੰਡਾਈਟਮੈਂਟ ਕਰਦੇ ਹੋਏ ਉਹਦੇ ਇਸ਼ਾਰੇ ਤੇ ਦੇਸ਼ ਦੇ ਵੱਖਰੇ ਵੱਖਰੇ ਕੋਨਿਆਂ 'ਚ ਤੇ ਔਰ ਖਾਸ ਤੌਰ ਤੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਾਂਗਰਸ ਲੀਡਰ ਵੱਲੋਂ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਕਤਲੇਆਮ ਕੀਤਾ ਗਿਆ, ਰੇਪ ਔਰ ਹਰ ਤਰੀਕੇ ਦੀ ਧੱਕੇਸ਼ਾਹੀ ਜਿਹੜੀ ਹੋਈ ਉਹਦੀ ਕਬੂਲਨਾਮਾ ਕੱਲ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਦੇ ਲਫ਼ਜ਼ਾਂ 'ਚ ਉਹਨੂੰ ਬਿਆਨ ਕੀਤਾ। ਬਠਿੰਡਾ ਦੇ ਪਿੰਡ ਗਹਿਰੀ ਵਿਖੇ ਪੱਠੇ ਤੇ ਸ਼ੈੱਡ ਬਣਾ ਰਹੇ ਇੱਕ ਨੌਜਵਾਨ ਦੀ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ 22 ਸਾਲ ਵਾਸੀ ਦਿਆਲਪੁਰਾ ਮਿਰਜ਼ਾ ਵਜੋਂ ਹੋਈ ਹੈ। ਉਹ ਇੱਕ ਠੇਕੇਦਾਰ ਨਾਲ ਪੱਠੇ ਤੇ ਸ਼ੈੱਡ ਬਣਾ ਰਿਹਾ ਸੀ ਤੇ ਸ਼ੈੱਡ ਤੋਂ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ। ਸ਼ੈੱਡ ਦਾ ਕੰਮ ਕਰਦੇ ਹਾਂ ਜੀ ਤੇ ਸ਼ੈੱਡ ਪਾਈ ਜਾਂਦੇ ਸੀਗੇ ਤਾਂ ਤੋਂ ਅਚਾਨਕ ਇੰਜ ਟੁੱਟ ਗਈ ਜੀ, ਉਹਦੇ ਕਾਰਨ ਉਸਦੀ ਡੈਥ ਹੋ ਗਈ ਜੀ। 22 ਸਾਲ ਨਹੀਂ ਇੱਕ ਵਾਰ। ਸਾਡੇ ਕੋਲ ਅੱਜ ਮਿਤੀ 5/12/19 ਨੂੰ ਤਕਰੀਬਨ 12:45 'ਤੇ ਇੱਕ ਮ੍ਰਿਤਕ ਨੂੰ ਲੈ ਕੇ ਜੀ, ਉਹਦਾ ਨਾਮ ਸੀਗਾ ਇਕਬਾਲ ਸਿੰਘ, ਸਨ ਆਫ ਜਗਸੀਰ ਸਿੰਘ, ਰੈਜੀਡੈਂਟ ਆਫ ਦਿਆਲਪੁਰਾ ਮਿਰਜ਼ਾ। ਇਹ ਕਹਿੰਦੇ ਜੀ ਇਹ ਕੋਈ ਟੈਂਕੀ ਵਗੈਰਾ ਬਣਾ ਰਹੇ ਸੀਗੇ, ਉਦੋਂ ਦੁਰਘਟਨਾ ਘਟੀ ਅਤੇ ਉਸ ਦੇ ਛੇਤੀ ਮੌਤ ਹੋ ਗਈ। ਬਠਿੰਡਾ ਵਿੱਚ ਸਕੂਲੀ ਵਿਦਿਆਰਥਣਾਂ ਵੱਲੋਂ ਹੈਦਰਾਬਾਦ ਵਿੱਚ ਕੀਤੀ ਗਈ ਔਰਤ ਡਾਕਟਰ ਦੀ ਹੱਤਿਆ ਮਾਮਲੇ ਖਿਲਾਫ਼ ਕੈਂਡਲ ਮਾਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਿਸ ਕਰਕੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉਨ੍ਹਾਂ ਉਸ ਔਰਤ ਡਾਕਟਰ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਸਕੂਲ ਦੇ ਪ੍ਰਧਾਨ ਨੇ ਕਿਹਾ ਕਿ ਸਿਆਸੀ ਲੋਕ ਬਿਆਨ ਦੇ ਕੇ ਰੋਟੀਆਂ ਸੇਕ ਰਹੇ ਨੇ। ਉਨ੍ਹਾਂ ਕਿਹਾ ਕਿ 3 ਮਹੀਨਿਆਂ ਵਿੱਚ ਇਸ ਤਰ੍ਹਾਂ ਦੇ ਕੇਸਾਂ ਵਿੱਚ ਸਜ਼ਾ ਦੇਣੀ ਚਾਹੀਦੀ ਹੈ। ਇਹ ਜੋ ਸਜ਼ਾ ਨਾ ਦੇਣਾ ਜਾਂ ਇਸ ਦੇ ਵਿੱਚ ਡਿਲੇ ਹੋਣਾ, ਇਹੀ ਕਾਰਨ ਹੈ ਕਿ ਇਹ ਘਟਨਾਵਾਂ ਅੱਗੇ ਤੋਂ ਅੱਗੇ ਵੱਧ ਰਹੀਆਂ ਨੇ। ਬੜੇ ਪੋਲੀਟੀਸ਼ੀਅਨਸ ਦੇ ਬਿਆਨ ਦਿੱਤੇ ਨੇ, ਮੈਡਮ ਜੈਪ੍ਰਦਾ ਨੇ ਕਿਹਾ ਸੀ ਕਿ ਲਿੰਚਿੰਗ ਹੋਣੀ ਚਾਹੀਦੀ ਹੈ। ਪੋਲੀਟੀਸ਼ੀਅਨ ਸਿਰਫ ਬਿਆਨ ਦੇ ਦਿੰਦੇ ਨੇ ਪਰ ਐਕਚੁਅਲੀ ਕਰਦੇ ਕੁਛ ਨਹੀਂ ਹੈਗੇ। ਜੋ 7 ਸਾਲ ਹੋ ਗਏ ਨਿਰਭੈ ਕਾਂਡ ਨੂੰ ਹੋਏ ਨੂੰ, ਅੱਜ ਤੱਕ ਉਹਨਾਂ ਨੂੰ ਹਜੇ ਫਾਂਸੀ ਦੀ ਸਜ਼ਾ ਨਹੀਂ ਹੋਈ। ਹਾਲਾਂਕਿ 2017 ਦੇ ਵਿੱਚ ਉਸਦਾ ਸੁਪਰੀਮ ਕੋਰਟ ਤੱਕ ਤੋਂ ਫੈਸਲਾ ਹੋ ਚੁੱਕਿਆ, ਉਸ ਤੋਂ ਬਾਅਦ ਉਸਨੇ ਮਰਸੀ ਪਟੀਸ਼ਨ ਪਾਤੀ, ਲੇਕਿਨ 2 ਸਾਲ ਹੋ ਗਏ ਮਰਸੀ ਪਟੀਸ਼ਨ ਦਾ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਪੋਲੀਟੀਸ਼ੀਅਨਸ ਦੇ ਕੋਲ ਪਈ ਹੈ ਉਹ। ਅੱਜ ਇੱਕ ਕਾਂਡ ਹੋਰ ਹੋ ਗਿਆ, ਕੱਲ੍ਹ ਨਿਊਜ਼ ਦੇ ਵਿੱਚ ਸੀ ਜੀ, ਅਸੀਂ ਜੀ ਉਹ ਨਿਰਭੈ ਕਾਂਡ ਵਾਲੀ ਜਿਹੜੀ ਮਰਸੀ ਪਟੀਸ਼ਨ ਹੈਗੀ ਆ ਉਹ ਰਿਜੈਕਟ ਕਰਕੇ ਰਿਕਮੈਂਡ ਕਰਕੇ ਅੱਗੇ ਪ੍ਰੈਜ਼ੀਡੈਂਟ ਨੂੰ ਭੇਜਤੀ ਹੈ। ਇੱਕ ਤਾਂ ਕਾਨੂੰਨ ਥੋੜ੍ਹਾ ਸਖਤ ਕੀਤਾ ਜਾਵੇ, ਦੂਸਰਾ ਜੋ ਵੀ ਕਾਨੂੰਨ ਹੈਗਾ ਉਹਨੂੰ ਇੰਪਲੀਮੈਂਟ ਕੀਤਾ ਜਾਵੇ, ਵਿਦਇਨ 3 ਮੰਥਸ ਜਿਹੜਾ ਹੈ ਉਸਦਾ ਫੈਸਲਾ ਹੋ ਕੇ ਔਰ ਉਹ ਐਗਜ਼ੀਕਿਊਟ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਪਾਰਟੀ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਏ। 12 ਮੈਂਬਰੀ ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਉਚੇਚੇ ਤੌਰ ਤੇ ਸ਼ਾਮਿਲ ਕੀਤਾ ਗਿਆ ਏ। ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਡਾਕਟਰ ਉਪਿੰਦਰਜੀਤ ਕੌਰ, ਬੀਬੀ ਜਾਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਬਲਦੇਵ ਸਿੰਘ ਮਾਨ ਦੇ ਨਾਮ ਸ਼ਾਮਿਲ ਨੇ। ਇਹ ਕਮੇਟੀ ਵਿਚਾਰ ਵਟਾਂਦਰਾ ਕਰਨ ਮਗਰੋਂ ਪਾਰਟੀ ਦੇ ਸ਼ਾਨਾ ਮਤੇ ਇਤਿਹਾਸ ਅਨੁਸਾਰ ਰਿਪੋਰਟ ਤਿਆਰ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੇਗੀ। ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਆਪਣੇ ਤੇ ਗੈਂਗਸਟਰ ਅਤੇ ਡਰੱਗ ਮਨੀ ਦੇ ਦੋਸ਼ਾਂ ਨੂੰ ਨਕਾਰਿਆ ਏ। ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ ਤੇ ਪ੍ਰਧਾਨ ਸੰਦੀਪ ਨੰਗਲ ਅੰਬੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸੁਰਜਨ ਸਿੰਘ ਚੱਠਾ ਵੱਲੋਂ ਉਨ੍ਹਾਂ ਤੇ ਦੋਸ਼ ਲਗਾਏ ਗਏ ਨੇ ਕਿ ਉਨ੍ਹਾਂ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਨੇ ਤੇ ਉਹ ਆਪਣੀ ਕਬੱਡੀ ਫੈਡਰੇਸ਼ਨ ਨੂੰ ਡਰੱਗ ਮਨੀ ਨਾਲ ਚਲਾ ਰਹੇ ਨੇ। ਜਦਕਿ ਉਨ੍ਹਾਂ ਕਿਹਾ ਕਿ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਤੇ ਇਸ ਦੀ ਜਾਂਚ SSP ਕਪੂਰਥਲਾ ਵੱਲੋਂ ਚੱਲ ਰਹੀ ਹੈ ਤੇ ਉਹ ਇਸ ਜਾਂਚ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ, ਕਿਉਂਕਿ ਉਨ੍ਹਾਂ ਦੀ ਮੇਜਰ ਲੀਗ ਕਬੱਡੀ ਫੈਡਰੇਸ਼ਨ NRI ਭਰਾਵਾਂ, ਕੌਮਾਂਤਰੀ ਕਬੱਡੀ ਖਿਡਾਰੀਆਂ ਤੇ ਪ੍ਰਸ਼ੰਸਕਾਂ ਨਾਲ ਮਿਲ ਕੇ ਚੱਲਦੀ ਹੈ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ੍ਰੀ ਅਕਾਲ।